ਪੰਜਾਬ ਵਿੱਚ ਨਸ਼ੇ ਦਾ ਦਹਿਤ ਇਸ ਕਦਰ ਪੈਰ ਪਸਾਰ ਚੁੱਕਿਆ ਹੈ ਕਿ ਆਏ ਦਿਨ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿੱਚ ਨੇ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਮੋਗਾ ਵਿੱਚ, ਜਿੱਥੋਂ ਦੇ ਪਿੰਡ ਚੂੜ ਚੱਕ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੀ ਖਬਰ ਸਾਹਮਣੇ ਆਈ ਹੈ। 28 ਸਾਲ ਦੇ ਨੌਜਵਾਨ ਬਲਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਸ਼ਾਮ ਦੇ ਸਮੇਂ ਮ੍ਰਿਤਕ ਨੌਜਵਾਨ ਨੂੰ ਉਸਦੇ ਦੋਸਤ ਬੁਲਾ ਕੇ ਲੈ ਗਏ ਸਨ। ਘਰ ਆ ਕੇ ਬਲਵਿੰਦਰ ਰੋਟੀ ਖਾ ਕੇ ਸੌ ਗਿਆ। ਸਵੇਰੇ ਮਾਂ ਨੇ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਉਸਦੀ ਮੌਤ ਹੋ ਚੁੱਕੀ ਸੀ। ਪਰਿਵਾਰ ਮੁਤਾਬਕ ਮ੍ਰਿਤਕ ਬਲਵਿੰਦਰ ਦੇ ਕੋਲ ਇੱਕ ਸਿਰਿੰਜ ਵੀ ਪਈ ਸੀ। ਇਹ ਕਾਰਨ ਦੇ ਜੀ ਵੀ ਇਹ ਆ ਕਿ ਮੁੰਡੇ ਆਏ ਸੀ ਬਾਹਰੋਂ ਬੁਲਾ ਕੇ ਲੈ ਗਏ, ਉਹਨੂੰ ਬਾਹਰ ਜਾ ਕੇ ਨਸ਼ੇ ਦਾ ਕੋਈ ਟੀਕਾ ਦੇ ਦਿੱਤਾ। ਕਦੋਂ ਆਏ ਸੀਗੇ? ਇਹ ਕੱਲ ਸ਼ਾਮੀ ਆਏ ਸੀ ਜੀ। ਤੇ ਮੌਤ ਕਦੋਂ ਹੋਈ ਹੈ ਜੀ? ਮੌਤ ਇਹਨਾਂ ਨੂੰ ਦੇਖਿਆ, ਮੇਰੀ ਮਾਤਾ ਨੇ ਸੁੱਤਾ ਪਿਆ ਹੀ ਦੇਖ ਲਿਆ। ਸਵੇਰੇ 4 ਵਜੇ ਜਦੋਂ ਮਾਤਾ ਉਠਾਉਣ ਲੱਗੀ ਕੰਮ ਤੇ ਜਾਣ ਲਈ, ਇੱਕ ਉਹ ਨਹੀਂ ਸੀਗਾ। ਕੀ ਕੰਮ ਕੀ ਕਰਦਾ? ਕੰਮ ਇਹ ਦਿਹਾੜੀ ਜੋਤਾ ਕਰ ਰਿਹਾ ਜੀ। ਤੇ ਨਸ਼ਾ ਕਦੋਂ ਤੱਕ ਕਰਦਾ ਜੀ? ਨਸ਼ਾ ਦਾ ਜੀ ਮੈਨੂੰ ਪਤਾ ਨਹੀਂ ਗਿਆ, ਮੈਂ ਆਪਣੇ ਸਹੁਰੇ ਪਰਿਵਾਰ ਰਹਿੰਦੀ ਹਾਂ ਜੀ। ਠੀਕ ਹੈ ਜੀ। ਤੇ ਕਿਵੇਂ ਪਤਾ ਲੱਗਾ ਤੁਹਾਨੂੰ ਵੀ ਨਸ਼ੇ? ਮੇਰੀ ਮਾਂ ਨੂੰ ਪਤਾ ਲੱਗਿਆ ਜੀ, ਸਵੇਰੇ 8 ਵਜੇ ਤੋਂ ਤੇ ਸਿਰਿੰਜ ਵਗੈਰਾ ਬਰਾਮਦ ਹੋਈ ਹੈ ਮੰਜੇ ਤੋਂ। ਕਿੰਨੀ ਕੁ ਉਮਰ ਸੀਗੀ ਇਹਦੀ? 28 ਸਾਲ ਉਮਰ ਆ ਜੀ। ਕੀ ਨਾਮ ਕੀ ਸੀਗਾ? ਨਾਮ ਇਹਦਾ ਬਲਜਿੰਦਰ ਸਿੰਘ। ਤੁਹਾਨੂੰ ਪਤਾ ਨਹੀਂ ਲੱਗਾ ਕਿ ਕਦੋਂ? ਨਹੀਂ ਜੀ, ਮੈਂ ਇਸ ਘਰ ਰਹਿੰਦੀ ਨਹੀਂ ਗੀ, ਮੇਰੀ ਮਾਤਾ ਤੇ ਮੇਰਾ ਮੇਰੇ ਛੋਟੇ ਭਰਾ ਨੇ ਦੋਨੇ ਜੀ। ਕਿੰਨੇ ਭੈਣ ਭਾਈ ਨੇ ਜੀ? ਅਸੀਂ 3 ਆ ਜੀ। ਇੱਕ ਸਾਥੋਂ ਵੱਡਾ ਮਹੰਤ ਹੈ, ਉਹ ਆਪਣੀ ਦੁਨੀਆ 'ਚ ਰਹਿੰਦੇ, ਅਸੀਂ ਆਪਣੀ ਦੁਨੀਆ 'ਚ ਰਹਿ ਰਹੇ ਹਾਂ। ਬੜੀ ਮੰਦਭਾਗੀ ਗੱਲ ਆ, ਸਾਡੇ ਪਿੰਡ ਦਾ ਨੌਜਵਾਨ ਬੱਚਾ ਸੀ ਬਲਜਿੰਦਰ ਸਿੰਘ, ਉਹਦੀ ਅੱਜ ਸਵੇਰੇ ਪਤਾ ਲੱਗਿਆ। ਉਹਦੀ ਮਾਂ ਅਤੇ ਉਹਦਾ ਭਰਾ ਨਾਲ ਪਏ ਸੀ, ਜਦੋਂ ਉਹਨਾਂ ਨੇ ਉਠਾਇਆ ਤਾਂ ਉਹ ਉੱਠਿਆ ਨਹੀਂ, ਉਹਦੀ ਮੌਤ ਹੋ ਚੁੱਕੀ ਸੀ। ਅਤੇ ਜੋ ਮੌਕੇ ਦੇ ਹਾਲਾਤ ਦੱਸਦੇ ਨੇ ਜਾਂ ਜਿੱਥੇ ਇਸ ਮੁਹੱਲੇ 'ਚ ਰਹਿੰਦੇ ਨੇ, ਉੱਥੇ ਨਸ਼ੇ ਦਾ ਬਹੁਤ ਪ੍ਰਕੋਪ ਆ। ਅਤੇ ਉਹਦੀ ਮਾਤਾ ਨੂੰ ਵੀ ਇਹੀ ਸ਼ੱਕ ਆ ਵੀ ਬੱਚੇ ਦੀ ਓਵਰਡੋਜ਼ ਕਰਕੇ ਮੌਤ ਹੋਈ ਆ। ਬੜੀ ਮੰਦਭਾਗੀ ਘਟਨਾ। ਪੰਜਾਬ 'ਚ ਜਿਹੜਾ ਨਸ਼ਿਆਂ ਦਾ ਕਹਿਰ ਚੱਲ ਰਿਹਾ, ਇਹ ਰੁਕਣਾ ਚਾਹੀਦਾ। ਸਾਡੀ ਪੰਜਾਬ ਸਰਕਾਰ ਤੋਂ ਇਹੀ ਬੇਨਤੀ ਆ ਵੀ ਇਹਨੂੰ ਠੱਲ ਪਾਈ ਜਾਵੇ। ਚੂੜ ਚੱਕ ਦੇ ਵਿੱਚ ਬਲਜਿੰਦਰ ਸਿੰਘ ਨਾਮ ਦਾ ਲੜਕਾ ਹੈਗਾ, 28 ਸਾਲ ਦਾ, ਜਿਹਦੀ ਮੌਤ ਹੋਈ ਹੈ। ਉਹਦੀ ਮਦਰ ਦੇ ਬਿਆਨ ਲਿਖੇ ਆ, ਜਿਨ੍ਹਾਂ ਨੇ ਆਪਦੇ ਬਿਆਨ ਦੇ ਵਿੱਚ ਲਿਖਾਇਆ ਵੀ ਜਿਹੜਾ ਹੈਗਾ ਅਸੀਂ 3 ਜਣੇ ਇਸ ਘਰ ਦੇ ਵਿੱਚ ਰਹਿੰਦੇ ਹਾਂ, ਇੱਕ ਬਲਜਿੰਦਰ ਹੈ, ਇੱਕ ਉਹਦਾ ਹੋਰ ਬੇਟਾ ਅਤੇ ਇੱਕ ਇਹ ਮਾਤਾ ਹੈ। ਉਹ ਰਾਤ ਰੋਟੀ ਪਾਣੀ ਖਾ ਕੇ ਸੁੱਤੇ ਸੀਗੇ ਅਤੇ ਸੁਬਾਹ ਜਦੋਂ ਉਹ ਚਾਹ ਬਣਾਉਣ ਲਈ ਉਹਨੇ ਬਲਜਿੰਦਰ ਨੂੰ ਜਗਾਇਆ ਤਾਂ ਬਲਜਿੰਦਰ ਦੀ ਮੌਤ ਹੋ ਚੁੱਕੀ ਸੀ। ਅਤੇ ਜਦੋਂ ਉਹਨੂੰ ਪਤਾ ਕੀਤਾ ਤਾਂ ਉਹਨੂੰ ਕੱਲ੍ਹ ਸ਼ਾਮ ਨੂੰ ਦੋ ਲੜਕੇ ਜਿਹੜੇ ਸੀ ਉਹਦੇ ਨਾਲ ਗਏ ਸੀਗੇ ਅਤੇ ਉਹਦੀ ਬਾਅਦ ਵਿੱਚ ਰਾਤ ਨੂੰ ਮੌਤ ਹੋ ਗਈ। ਉਹਦੇ ਨਸ਼ੇ ਦਾ ਟੀਕਾ ਜਿਹੜਾ ਲਾਉਣ ਦੇ ਨਾਲ ਉਹਦੀ ਮੌਤ ਹੋਈ ਹੈ ਜੀ। ਕੀ ਕਾਰਵਾਈ ਕੀਤੀ ਹੈ ਜੀ? ਇਹਨਾਂ ਦੇ ਖਿਲਾਫ 304 ਦਾ ਮੁਕੱਦਮਾ ਦਰਜ ਕਰ ਰਹੇ ਹਾਂ ਜੀ। ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਬੰਦੇ ਦੱਸੇ ਨੇ ਉਹਨਾਂ ਨੇ ਕਿਹੜੇ ਲੈ? ਹਾਂਜੀ, 2 ਬੰਦੇ ਦੇ ਖਿਲਾਫ ਮੁਕੱਦਮਾ ਦਰਜ ਕਰਾਇਆ। ਬਹਿਰਹਾਲ ਪੰਜਾਬ ਵਿੱਚ ਨਸ਼ੇ ਦਾ ਕਹਿਰ ਲਗਾਤਾਰ ਫੈਲ ਰਿਹਾ। ਨਸ਼ੇ ਨੂੰ ਕੁਝ ਹੀ ਹਫ਼ਤੇ ਵਿੱਚ ਖਤਮ ਕਰਨ ਦੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਚੁੱਪੀ ਸਾਧੀ ਬੈਠੀਆਂ ਨੇ। ਆਏ ਦਿਨ ਨੌਜਵਾਨ ਨਸ਼ੇ ਦੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ। ਮੋਗਾ ਤੋਂ ਜੋਗਿੰਦਰ ਸਿੰਘ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK, ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ। ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ ਜਾਂ ਸਾਨੂੰ ਕਾਲ ਕਰੋ 98156508 ਤੇ। ਥੈਂਕ ਯੂ।